ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼, ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਨਵੀਂ ਪੀੜ੍ਹੀ ਦਾ ਗਾਇਕ ਸਿੱਧੂ ਮੂਸੇਵਾਲਾ ਹਮੇਸ਼ਾ ਚਰਚਾ ਵਿੱਚ ਰਹਿੰਦਾ ਹੈ, ਜਿਸ ਕਾਰਨ ਕਈ ਪੰਜਾਬੀ ਗਾਇਕ ਜੋ ਕਿ ਬਿਲਕੁਲ ਹੀ ਫਲੌਪ ਹਨ, ਉਹ ਆਪ ਮਸ਼ਹੂਰ ਹੋਣ ਲਈ ਸਿੱਧੂ ਮੂਸੇਵਾਲੇ ਨੂੰ ਪੁੱਠਾ ਸਿੱਧਾ ਬੋਲਦੇ ਹਨ, ਤਾਂ ਕਿ ਸਿੱਧੂ ਉਹਨਾਂ ਨੂੰ ਵੀ ਜਵਾਬੀ ਰਿਪਲਾਈ ਕਰੇ ਤੇ ਉਹ ਵੀ ਮਸ਼ਹੂਰ ਹੋ ਜਾਣ ਤੇ ਉਹਨਾਂ ਦੇ ਗੀਤ ਤੇ ਵੀ ਕਾਫੀ ਸਾਰੇ ਵਿਊਜ਼ ਆਉਣ। ਕੁਝ ਇਸ ਤਰ੍ਹਾਂ ਹੀ ਕੀਤਾ ਗਿਆ ਹੈ, ਟਿਕਟੋਕ ਦੇ ਸਟਾਰ ਮੁੱਖ ਮੰਤਰੀ ਵੱਲੋਂ ਸਿੱਧੂ ਮੂਸੇਵਾਲੇ ਦੇ ਗੀਤ ਸੰਜੂ ਦਾ ਰਿਪਲਾਈ ਕਰ, ਜੋ ਕਿ ਬੇਹੱਦ ਹੀ ਨਿੰਦਣ ਯੋਗ ਹੈ। ਕੁੜਤੇ ਦੇ ਉੱਤੋਂ ਪਾ ਕੇ ਪਿਸਤੌਲ ਕਰਦਾ ਚੌੜ ਯਾਰ, ਪੈਸੇ ਪਿੱਛੇ ਸਾਡੇ ਨਿੱਤ ਖੇਡਦਾ ਚਲਾਕੀਆਂ। ਅਕਸਰ ਸਿੱਧੂ ਮੂਸੇਵਾਲਾ ਵੱਲੋਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਆਪਣੇ ਵੱਲੋਂ ਗਲਤ ਬੋਲਣ ਦੀ ਪਹਿਲ ਬਿਲਕੁਲ ਨਹੀਂ ਕੀਤੀ ਜਾਂਦੀ, ਨਾ ਹੀ ਸਿੱਧੂ ਵੱਲੋਂ ਦੁੱਕੀ ਟਿੱਕੀ ਨੂੰ ਰਿਪਲਾਈ ਕਰ ਟਾਈਮ ਵੇਸਟ ਕੀਤਾ ਜਾਂਦਾ ਹੈ। ਬੀਤੇ ਦਿਨੀ ਸਿੱਧੂ ਵੱਲੋਂ ਆਪਣੇ ਹੇਟਰਸ ਲਈ ਇੱਕ ਵੀਡੀਓ ਸ਼ੇਅਰ ਕੀਤੀ ਗਈ। ਤੂੰ ਸਾਜਿਸ਼ਾਂ ਕਰ ਕਰ ਮਿੱਤਰਾ ਮੇਰੀਆਂ ਜੜਾਂ ਨੂੰ ਵੱਢੀ, ਤੂੰ ਸਮਾਂ ਕੀਮਤੀ ਕੱਢ ਕੇ ਮੈਨੂੰ ਗਾਲਾਂ ਕੱਢੀ, ਚਲਦੇ ਚਲਦੇ ਜਦੋਂ ਪੈ ਗਿਆ ਰੋਟੀ ਮੈਂ ਤੂੰ ਖਾਂਦਾ ਦੇਖ ਕੇ ਵਿਹਲਿਆ ਮੈਨੂੰ ਲਾਲਾਂ ਛੱਡੀ, ਮੈਂ ਮਿੱਠਾ ਜਾ ਮੁਸਕਾ ਤੇਰੇ ਵੱਲ ਦੇਖ ਕੇ ਖਾਣੀ ਹੈ, ਮੈਂ ਇਹੀ ਓ ਤੇਰੀ ਨਫ਼ਰਤ ਇੱਕ ਦਿਨ ਵੇਚ ਕੇ ਖਾਣੀ ਹੈ, ਤੂੰ ਲੱਤਾਂ ਖਿੱਚੀ ਮੈਂ ਮੁੜ ਮੁੜ ਕੇ ਖੜਦਾ ਹੀ ਆਉਂ, ਤੂੰ ਤੁਣਕੇ ਮਾਰੀ ਮੈਂ ਤਹਾਂ ਨੂੰ ਚੜਦਾ ਹੀ ਆਉਂ, ਤੂੰ ਤਾਨੇ ਮਾਰੀ ਬਾਹਰੋਂ ਬਾਹਾਂ ਕੱਢ ਕੱਢ ਕੇ ਮੈਂ ਅੰਦਰੋਂ ਅੰਦਰੀ ਹੋਰ ਜੋਸ਼ ਨਾਲ ਭਰਦਾ ਹੀ ਆਉਂ। ਪਰਿਆਂ ਨੂੰ ਤਾਂ ਕਈ ਸਾਲ ਹੋ ਗਏ, ਪਤਾ ਨੀ ਕਿੱਥੋਂ ਕਬਰਾਂ ਚੋਂ ਅੱਠ ਅੱਠ ਆਈ ਜਾਂਦੇ ਆ, ਇੱਕ ਅੱਖੋਂ ਪਹਿਲਾਂ ਹੀ ਕਾਣੇ ਆ, ਦੂਜੀ ਵੀ ਬੰਦ ਕਰ ਨੇਰੇ ਚ ਤੀਰ ਲਾਈ ਜਾਂਦੇ ਆ, ਸਤੀ ਸਵਿੱਤਰੀ ਇੱਥੇ ਕੋਈ ਵੀ ਨੀ, ਰੌਲੇ ਸਾਰੇ ਨੇਮਾਂ ਦੇ ਆ, ਕੋਈ ਨਿੰਦ ਰਿਹਾ ਤੇ ਕੋਈ ਸਲਾਹ ਰਿਹਾ, ਚੱਕਰ ਸਾਰੇ ਫੇਮਾਂ ਦੇ ਆ, ਜਿਹੜੇ ਕਹਿੰਦੇ ਅਸੀਂ ਜਿੱਤਾਂਗੇ ਮੈਚ, ਉਹ ਪਤੰਦਰ ਨਾ ਪਲੇਅਰਾਂ ਚਾ ਨਾ ਸਪੇਰਾਂ ਚਾ, ਬਸ ਗੱਲਾਂ ਦੇ ਸ਼ੇਰ ਆ, ਨਾ ਤਿੰਨਾਂ ਚਾ ਨਾ ਤੇਰਾਂ ਚਾ, ਨਾ ਤਿੰਨਾਂ ਚਾ ਨਾ ਤੇਰਾਂ ਚਾ। ਇਹ ਤਾਂ ਸਾਫ਼ ਹੈ ਕਿ ਸਿੱਧੂ ਮੂਸੇਵਾਲੇ ਦੀ ਵੱਡੀ ਫੈਨ ਫੋਲੋਇੰਗ ਨੂੰ ਦੇਖਦੇ ਹੋਏ ਮੁੱਖ ਮੰਤਰੀ ਵੱਲੋਂ ਸਿੱਧੂ ਮੂਸੇਵਾਲੇ ਦੇ ਗੀਤ ਸੰਜੂ ਦੀ ਕਾਪੀ ਕਰ ਰੀਅਲ ਸੰਜੂ ਗੀਤ ਨੂੰ ਕੱਢਿਆ ਗਿਆ, ਜਿਸ ਗੀਤ ਵਿੱਚ ਉਹਨਾਂ ਵੱਲੋਂ ਸਿੱਧੂ ਮੂਸੇਵਾਲੇ ਦੀਆਂ ਕਾਫੀ ਫੋਟੋਜ਼ ਨੂੰ ਵੀ ਵਰਤਿਆ ਗਿਆ ਹੈ ਅਤੇ ਹੂਬ ਹੂ ਹੀ ਉਹਨਾਂ ਦੇ ਗੀਤ ਸੰਜੂ ਦੇ ਪੋਸਟਰ ਨੂੰ ਵੀ ਵਰਤਿਆ ਗਿਆ ਹੈ। ਇਸ ਗੀਤ ਵਿੱਚ ਮੂਸੇਵਾਲੇ ਨੂੰ ਮੁੱਖ ਮੰਤਰੀ ਵੱਲੋਂ ਕਾਫੀ ਪੁੱਠਾ ਸਿੱਧਾ ਵੀ ਬੋਲਿਆ ਗਿਆ ਹੈ, ਜਿਸ ਪਿੱਛੇ ਵੱਡਾ ਕਾਰਨ ਇੱਕੋ ਹੀ ਹੈ ਕਿ ਉਸਦੇ ਗੀਤ ਤੇ ਵਿਊਜ਼ ਆ ਜਾਣ ਤੇ ਉਸਦਾ ਗੀਤ ਚੱਲ ਪਵੇ। ਹਾਲਾਂਕਿ ਮੁੱਖ ਮੰਤਰੀ ਦੀ ਉਸ ਵੀਡੀਓ ਉੱਪਰ ਲਾਈਕ ਤੇ ਡਿਸਲਾਈਕ ਦੀ ਗੱਲ ਕੀਤੀ ਜਾਵੇ ਤੇ ਇਸ ਵੀਡੀਓ ਉੱਪਰ 50,000 ਤੋਂ ਜ਼ਿਆਦਾ ਡਿਸਲਾਈਕ ਹਨ ਤੇ ਕੇਵਲ 23,000 ਲਾਈਕ ਹਨ। ਜੇ ਇਸ ਵੀਡੀਓ ਦੇ ਕਮੈਂਟ ਸੈਕਸ਼ਨ ਤੇ ਨਜ਼ਰ ਮਾਰੀ ਜਾਵੇ ਤੇ ਇਸ ਵੀਡੀਓ ਦੇ ਕਮੈਂਟ ਸੈਕਸ਼ਨ ਵਿੱਚ ਮੁੱਖ ਮੰਤਰੀ ਨੂੰ ਕੱਢੀਆਂ ਗਾਲਾਂ ਤੇ ਸਿੱਧੂ ਮੂਸੇਵਾਲਾ ਜ਼ਿੰਦਾਬਾਦ ਤੋਂ ਸਿਵਾਏ ਕੁਝ ਹੋਰ ਨਹੀਂ ਹੈ। ਆਓ ਫਿਰ ਵੀ ਤੁਹਾਨੂੰ ਦਿਖਾਉਣੇ ਹਾਂ ਉਹਨਾਂ ਦੇ ਕੁਝ ਕਮੈਂਟਸ। ਕਿਸੇ ਨੇ ਲਿਖਿਆ, ਸਾਲੇ ਆਪਦੇ ਡਿਸਲਾਈਕ ਵੇਖ, ਚੱਲ ਤੇਰਾ ਵੀ ਵਰਲਡ ਰਿਕਾਰਡ ਬਣ ਜਾਊ ਸਾਲਾ। ਕਿਸੇ ਨੇ ਲਿਖਿਆ, ਦੁਰ ਫੁੱਟੇ ਮੂੰਹ ਤੁਹਾਡੇ ਸਾਲਿਓ, ਡੁੱਬ ਕੇ ਮਰ ਜਾਓ ਸਾਲਿਓ, ਸਾਲੇ ਜ਼ਮੀਨ ਚੋਂ ਉੱਗੇ ਨਹੀਂ ਤੇ ਚੱਲੇ ਆਪਣੇ ਪਿਓ ਨੂੰ ਮੁਕਾਬਲਾ ਕਰਨ, ਡੈਡੀ ਨਾਲ ਮੁਕਾਬਲੇ ਨਹੀਂ ਕਰੀਦੇ ਛੋਟੇ। ਕਿਸੇ ਨੇ ਲਿਖਿਆ, ਸਿੱਧੂ ਮੂਸੇਵਾਲਾ ਜ਼ਿੰਦਾਬਾਦ। ਕਿਸੇ ਨੇ ਲਿਖਿਆ, ਤੇਰੇ ਨਾਲੋਂ ਤਾਂ ਵਧੀਆ ਸਾਲਿਆ ਸਾਡਾ ਕੁੱਤਾ, ਭੌਂਕਦਾ ਸਾਲਾ ਪਾਟਾ ਸਪੀਕਰ। ਕਿਸੇ ਨੇ ਲਿਖਿਆ, ਕੁੱਤੇ ਚਾਹੇ ਜਿੰਨਾ ਵੀ ਭੌਂਕ ਲੈਣ, ਸ਼ੇਰ ਨੂੰ ਕੋਈ ਫਰਕ ਨਹੀਂ ਪੈਂਦਾ। ਕਿਸੇ ਨੇ ਲਿਖਿਆ, ਤੇਰੀ ਵਾਇਸ ਹੀ ਕੁੱਤੇ ਵਰਗੀ ਹੈ। ਤੇ ਕਿਸੇ ਨੇ ਲਿਖਿਆ, ਟੈਂਪੂ 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 ਟੈਂਪੂ। ਕਿਸੇ ਨੇ ਲਿਖਿਆ, ਹੋ ਗਿੱਦੜਾਂ ਨਾਲ ਯਰਾਨੇ ਪਾ, ਸ਼ੇਰ ਨਹੀਂ ਉਹ ਟੱਕੀ ਦੇ, ਜੇ ਮੂਹਰੇ ਬੰਦਾ ਚੁੱਪ ਤਾਂ ਭੁਲੇਖੇ ਨਹੀਂ ਉਹ ਰੱਖੀ ਦੇ, ਨਾਮ ਲੈ ਕੇ ਠੋਕਦਾ ਏ ਜੱਟ ਸਿੱਧੂ ਮੂਸੇਵਾਲਾ, ਉਹ ਫੇਮ ਵਿੱਚ ਆਉਣ ਲਈ ਮੂੰਹ ਦੂਜਿਆਂ ਦੇ ਨਹੀਂ ਤੱਕੀ ਦੇ। ਹੁਣ ਦੇਖਣਾ ਇਹ ਹੋਵੇਗਾ ਕਿ ਮੁੱਖ ਮੰਤਰੀ ਨਾਲ ਅੱਗੇ ਜਾ ਕੇ ਕੀ ਹੁੰਦਾ ਹੈ ਤੇ ਕਦੋਂ ਮੁੱਖ ਮੰਤਰੀ ਵੱਲੋਂ ਆਪਣੀ ਇਸ ਵੀਡੀਓ ਬਾਰੇ ਮਾਫ਼ੀ ਮੰਗੀ ਜਾਂਦੀ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕਮੈਂਟ ਕਰਕੇ ਦੱਸਣਾ ਕਿ ਜੇਕਰ ਤੁਹਾਨੂੰ ਇੱਕ ਦਿਨ ਲਈ ਸਿੱਧੂ ਮੂਸੇਵਾਲਾ ਬਣਾ ਦਿੱਤਾ ਜਾਵੇ ਤੇ ਤੁਸੀਂ ਮੁੱਖ ਮੰਤਰੀ ਤੇ ਉਸਦੀ ਟੀਮ ਨਾਲ ਕੀ ਕਰੋਗੇ। ਜੇਕਰ ਤੁਸੀਂ ਵੀ ਸਿੱਧੂ ਮੂਸੇਵਾਲੇ ਦੇ ਫੈਨ ਹੋ ਤਾਂ ਇਸ ਵੀਡੀਓ ਵਿੱਚ ਮੂਸੇਵਾਲਾ ਜ਼ਿੰਦਾਬਾਦ ਲਿਖਣਾ ਨਾ ਭੁੱਲਣਾ। ਮਿਲਦੇ ਹਾਂ ਕਿਸੇ ਹੋਰ ਨਵੀਂ ਅਪਡੇਟ ਨਾਲ। ਜੇਕਰ ਤੁਸੀਂ ਵੀ ਇਸ ਚੈਨਲ ਦੇ ਨਵੇਂ ਹੋ, ਇਸ ਤਰ੍ਹਾਂ ਦੀਆਂ ਪੰਜਾਬੀ ਇੰਡਸਟਰੀ ਨਾਲ ਜੁੜੀਆਂ ਹਰ ਨਵੀਆਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ। ਧੰਨਵਾਦ।